ਬੈਂਕ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਮੰਗਲ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ ਬੈਂਕ ਦਾ 15 ਲੱਖ ਦਾ ਕਰਜ਼ਾ ਸੀ। ਮੰਗਲ ਸਿੰਘ ਦੀ ਉਮਰ 60 ਸਾਲ ਸੀ ਅਤੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫਤਿਹਾਬਾਦ ਰਾਜਪੂਤਾਂ ਦਾ ਰਹਿਣ ਵਾਲਾ ਸੀ। ਪਰਿਵਾਰ ਮੈਂਬਰਾਂ ਮੁਤਾਬਕ ਉਸਨੇ ਕੀਟਨਾਸ਼ਕ ਦਵਾਈ ਪੀ ਲਈ ਸੀ, ਜਿਸ ਕਰਕੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੰਗਲ ਸਿੰਘ ਦੇ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਕੋਲ ਕੁੱਲ 3 ਏਕੜ ਜ਼ਮੀਨ ਹੈ। ਮੰਗਲ ਸਿੰਘ ਨੇ ਬੈਂਕ ਤੋਂ ਕਰੀਬ 16 ਲੱਖ ਦੇ ਕਰਜ਼ੇ ਤੋਂ ਇਲਾਵਾ ਆੜ੍ਹਤੀ ਕੋਲੋਂ ਵੀ 5 ਲੱਖ ਰੁਪਏ ਉਧਾਰ ਲਏ ਸਨ, ਜੋ ਉਸਨੇ ਵਾਪਸ ਕਰਨੇ ਸਨ। ਇਸ ਕਰਜ਼ੇ ਤੋਂ ਇਲਾਵਾ ਫਸਲਾਂ ਦੀ ਬਰਬਾਦੀ ਨੇ ਵੀ ਇਸ ਪਰਿਵਾਰ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰ ਦਿੱਤਾ ਸੀ। ਪਹਿਲਾਂ ਬੇਮੌਸਮੀ ਬਾਰਿਸ਼ ਕਰਕੇ ਖਰਾਬ ਹੋਈ ਕਣਕ ਦੀ ਫਸਲ ਅਤੇ ਬਾਅਦ ਵਿੱਚ ਬਾਸਮਤੀ ਦਾ ਘੱਟ ਰੇਟ ਮਿਲਣ ਕਰਕੇ ਮੰਗਲ ਸਿੰਘ ਦਿਨੋ ਦਿਨ ਹੋਰ ਪਰੇਸ਼ਾਨ ਹੁੰਦਾ ਜਾ ਰਿਹਾ ਸੀ ਅਤੇ ਅੰਤ ਵਿੱਚ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਕਿਸਾਨਾਂ ਦੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇ ਨਾਲ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਇੱਦਾਂ ਹੀ ਬੈਂਕ ਵਾਲੇ ਆਉਂਦੇ ਸੀ, ਤੰਗ ਕਰਦੇ ਸੀ ਆਉਣ ਕੇ। ਇੱਦਾਂ ਹੀ ਫਸਲ ਲਾਈ, ਪਹਿਲਾਂ ਅਸੀਂ ਠੇਕੇ 'ਤੇ ਪੈਲੀ ਲੈਂਦੇ ਸੀ, ਪੈਲੀ ਘੱਟ ਸੀ, ਉਹਦਾ ਕਰਕੇ ਮੁੜ ਕੇ ਕਾਫੀ ਘਾਟਾ ਪਿਆ ਸਾਨੂੰ 2-3 ਸਾਲ। ਉਹਦਾ ਕਰਕੇ ਜਿਹੜਾ ਅਸੀਂ ਕਰਜ਼ਾ ਲਿੱਤਾ ਸੀ ਉਹ ਥੋੜ੍ਹਾ ਵਾਪਸ ਨਹੀਂ ਹਲਕ ਹੋਇਆ। 2 ਵਾਰੀ ਅਸੀਂ ਵਿੱਚੋਂ ਪੈਸੇ ਵੀ ਦਿੱਤੇ, ਇੱਕ ਰਾਂ 2 ਲੱਖ ਦਿੱਤਾ, ਇੱਕ ਰਾਂ 1 ਲੱਖ ਦਿੱਤਾ। ਉੱਥੇ ਉਹ ਪਹਿਲਾਂ ਕਹਿੰਦੇ ਸੀ ਵੀ ਇੱਦਾਂ ਚਲੋ ਹੌਲੀ ਹੌਲੀ ਤਾਰੀ ਜਾਓ, ਉਤਾਰਦੇ ਰਹੇ ਉਹਨਾਂ। ਫਿਰ ਵੀ ਚਿੱਠੀਆਂ ਆਉਣੀਆਂ ਉਹਨਾਂ ਘਰੇ ਸਾਡੇ ਆਉਣਾ, ਅਸੀਂ ਕਿਸੇ ਵੇਲੇ ਘਰ ਨਾ ਮਿਲਣਾ, ਟਾਰਚਰ ਕਰਨਾ ਆਣ ਕੇ ਡੈਡੀ ਨੂੰ, ਤੁਹਾਡੇ 'ਤੇ ਪੁਲਿਸੀ ਕਾਰਵਾਈ ਕੀਤੀ ਜਾਊਗੀ, ਉਹ ਕੀਤਾ ਜਾਊਗਾ। ਫਿਰ ਇੱਦਾਂ ਹੀ ਕਦੀ ਚਿੱਠੀ ਆ ਜਾਣੀ, ਕਦੀ ਕੁਝ ਆ ਜਾਣਾ। ਫਿਰ ਆ ਹੁਣ ਲਾਸਟ ਚਿੱਠੀ ਆ, ਉਦੋਂ ਸ਼ਾਇਦ ਘਰ ਨਹੀਂ ਸੀ, ਡੈਡੀ ਜੀ ਦੇ ਹੱਥ ਲੱਗ ਗਈ। ਨਾ ਉਹਨਾਂ ਕਿਸੇ ਨੂੰ ਦੱਸਿਆ, ਨਾ ਕੁਝ ਵੀ ਕੀਤਾ, ਵੀ ਪਤਾ ਨਹੀਂ ਕੀ ਦਿਮਾਗ 'ਤੇ ਆਈ ਤਾਂ ਉਹਨਾਂ ਇੱਦਾਂ ਹੀ ਕੋਈ ਨਸ਼ੀਲੀ ਚੀਜ਼ ਖਾ ਲਈ। ਦਵਾਈ ਫਸਲ ਨੂੰ ਸਪਰੇਅ ਕਰਨ ਵਾਲੀ ਉਹਨਾਂ ਦੇ ਹਵੇਲੀ 'ਚੋਂ ਦਵਾਈ ਹੱਥ ਨੂੰ ਲੱਗ ਗਈ, ਉਹਨਾਂ ਦਵਾਈ ਪੀ ਕੇ ਆਪਣਾ ਘਰ ਆਈ। ਅਤੇ ਸਰਕਾਰ ਨੂੰ ਕਹਦਾ ਵੀ ਬੈਂਕ ਨੂੰ ਜ਼ਿੰਮੇਵਾਰ ਸਮਝਦੇ, ਸਰਕਾਰ ਨੂੰ ਜ਼ਿੰਮੇਵਾਰ ਸਮਝਦੇ। ਜੋ ਵੀ ਇਹ ਮੈਂ ਵੀ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੁੱਖ ਖੇਤੀਬਾੜੀ ਅਫਸਰ ਜੀ ਦੇ ਹੁਕਮਾਂ ਦੇ ਤਹਿਤ ਹੀ ਆਇਆ ਵਾਂ ਵੀ ਸਾਰਾ ਕੁਝ ਪਤਾ ਕਰਨ, ਵੀ ਜੋ ਵੀ ਮੰਦਭਾਗੀ ਘਟਨਾ ਵਾਪਰੀ ਹੈ, ਕਿਹਨਾਂ ਕਾਰਨ, ਜੋ ਵੀ ਇਹਨਾਂ ਨੇ ਕਹਿ ਰਹੇ ਆ ਵੀ ਜੋ ਅਖਬਾਰ ਤੋਂ ਪੜ੍ਹਿਆ ਵਾ ਵੀ ਇਹਨਾਂ ਨੇ ਸੁਸਾਈਡ ਕੀਤਾ, ਉਸ ਸੰਬੰਧ 'ਚ ਅਸੀਂ ਜੋ ਇਹਨਾਂ ਕੋਲ ਦਰਖਾਸਤ ਐਪਲੀਕੇਸ਼ਨ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਜੋ ਵੀ ਵੱਧ ਤੋਂ ਵੱਧ ਕਰ ਸਕਦੇ ਹੋ ਇਹਦੇ ਲਈ ਆਏ ਇਹਨਾਂ ਕੋਲ ਆਪਾਂ। ਅਸੀਂ ਤਾਂ ਇਹਨਾਂ ਕੋਲ ਰਿਪੋਰਟ ਲੈਣ ਆਏ ਹਾਂ, ਇਹਨਾਂ ਕੋਲ ਲਿਖਤੀ ਤੌਰ 'ਤੇ ਲਵਾਂਗੇ ਵੀ ਜੋ ਵੀ ਮੰਦਭਾਗੀ ਘਟਨਾ ਵਾਪਰੀ, ਕਿਸ ਕਾਰਨ ਵਾਪਰੀ ਹੈ, ਕੋਈ ਕਰਜ਼ਾ ਵਾ ਉਹਦੀ ਕਾਪੀ ਲੈ ਕੇ ਹੀ ਸੰਬੰਧਿਤ ਡਿਪਟੀ ਕਮਿਸ਼ਨਰ ਜੀ ਨੂੰ ਭੇਜ ਦਾਂਗੇ। ਇਸ ਸੰਬੰਧੀ ਜੋ ਵੀ ਕਾਰਵਾਈ ਕਰਨੀ ਹੈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਹੀ ਕਰਨਗੇ। ਜੋ ਵੀ ਇਹਨਾਂ ਦੇ ਕੋਈ ਕਰਜ਼ੇ ਦੇ ਕੋਈ ਕਾਗਜ਼ਾਤ ਹੈ, ਕੋਈ ਜੋ ਵੀ ਇਹਨਾਂ ਜੋ ਐਪਲੀਕੇਸ਼ਨ ਦਰਖਾਸਤ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜਣਗੇ, ਅਸੀਂ ਸਾਰਾ ਕੁਝ ਸਰਪੰਚ ਮੋਤਬਰ ਪਿੰਡ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਲਿਖਾ ਕੇ ਅਸੀਂ ਅਗਲੇਰੀ ਕਾਰਵਾਈ ਲਈ ਭੇਜ ਦਾਂ ਔਰ ਮੁੱਖ ਖੇਤੀਬਾੜੀ ਅਫਸਰ ਨੂੰ ਫਿਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਭੇਜਾਂਗੇ। ਬਿਊਰੋ ਰਿਪੋਰਟ, ਪੰਜਾਬ ਟੂਡੇ।